ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਸਾਥੀਓ, ਕੁਛ ਦੇਰ ਪਹਿਲਾਂ ਪੰਜਾਬ ਦੇ ਅਮਨ ਕਾਨੂੰਨ ਨੂੰ ਤੋੜਨ ਦੀ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਸਾਡੇ ਧਿਆਨ 'ਚ ਆਈ। ਇਮੀਡੀਏਟਲੀ ਐਕਸ਼ਨ ਲਿਆ ਗਿਆ 18 ਮਾਰਚ ਨੂੰ, ਅਤੇ ਕੁਛ ਉਹ ਵਿਅਕਤੀ ਜਿਹੜੇ ਦੇਸ਼ ਦੇ ਦੁਸ਼ਮਣਾਂ ਦੇ ਹੱਥ ਚੜ੍ਹ ਕੇ ਕੁਛ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ, ਉਹਨਾਂ ਨੂੰ ਫੜ ਲਿਆ ਗਿਆ। ਅਤੇ ਅੱਜ ਅੰਮ੍ਰਿਤਪਾਲ ਸਿੰਘ, ਜਿਹੜੇ ਕਿ ਇੱਕ ਸੰਸਥਾ ਚਲਾਉਂਦੇ ਸੀਗੇ ਜੋ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਹੱਥਾਂ 'ਚ ਬੰਦੂਕਾਂ ਫੜਨ ਦੀ ਜਾਂ ਫਿਰ ਗੈਰ ਸਮਾਜਿਕ ਜਿਹੜੇ ਕੰਮ ਨੇ ਉਹਨਾਂ ਨੂੰ ਕਰਨ ਦੀ ਪ੍ਰੇਰਣਾ ਦਿੰਦੇ ਸੀ, ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ 3 ਕਰੋੜ 3.5 ਕਰੋੜ ਦੇ ਲਗਭਗ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ 30-35 ਦਿਨਾਂ ਦੇ ਵਿੱਚ ਇਸ ਜਿਹੜਾ ਇਹ ਚੱਲ ਰਿਹਾ ਸੀਗਾ ਸਾਰਾ ਆਪਰੇਸ਼ਨ, ਬੜੀ ਆਪਸ ਦੇ ਵਿੱਚ ਭਾਈਚਾਰਕ ਸਾਂਝ ਦਿਖਾਈ। ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਦਾ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ ਜਿਹਦੇ ਨਾਲ ਭਾਈਚਾਰਕ ਸਾਂਝ ਟੁੱਟਦੀ ਨਜ਼ਰ ਆਵੇ ਜਾਂ ਅਮਨ ਸ਼ਾਂਤੀ ਨੂੰ ਕੋਈ ਖਤਰਾ ਪੈਦਾ ਹੋਵੇ। ਪੰਜਾਬੀਓ, ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੇ ਵਿੱਚ ਬਤੌਰ ਮੁੱਖ ਮੰਤਰੀ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੀਏ। ਉਹਦੇ ਲਈ ਸਾਨੂੰ ਭਾਵੇਂ ਜਿੰਨੇ ਮਰਜ਼ੀ ਐਕਸ਼ਨ ਲੈਣੇ ਪੈਣ, ਕਠੋਰ ਕਾਰਵਾਈਆਂ ਕਰਨੀਆਂ ਪੈਣ, ਪਰ ਕਿਸੇ ਬੇਕਸੂਰੇ 'ਤੇ ਨਹੀਂ। ਸੋ ਇਸ ਕਰਕੇ ਕਾਨੂੰਨ ਆਪਣੇ ਢੰਗ ਨਾਲ ਚੱਲ ਰਿਹਾ, ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰ ਰਿਹਾ। ਮੈਂ ਚਾਹੁੰਦਾ ਪੰਜਾਬ ਦੇ ਨੌਜਵਾਨਾਂ ਦੇ ਹੱਥ ਦੇ ਵਿੱਚ ਡਿਗਰੀਆਂ ਹੋਣ, ਉੱਚ ਅਹੁਦਿਆਂ ਦੇ ਨਿਯੁਕਤੀ ਪੱਤਰ ਹੋਣ, ਇੰਟਰਨੈਸ਼ਨਲ ਮੁਕਾਬਲਿਆਂ ਦੇ ਗੋਲਡ ਮੈਡਲ, ਸਿਲਵਰ ਮੈਡਲ, ਬ੍ਰੌਂਜ਼ ਮੈਡਲ ਹੋਣ, ਅਤੇ ਜਿੱਥੇ ਜਾਣ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੀ ਬੱਲੇ ਬੱਲੇ ਹੋਵੇ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਨੌਜਵਾਨ ਕਿਸੇ ਬਹਿਕਾਵੇ 'ਚ ਆ ਜਾਣ ਜਾਂ ਕੋਈ ਸਵਾਰਥੀ ਲੋਕ ਜਿਹੜੇ ਦੇਸ਼ ਵਿਰੁੱਧ ਕੋਈ ਮੁਹਿੰਮ ਚਲਾ ਕੇ ਆਪਣੀਆਂ ਦੁਕਾਨਾਂ ਚਲਾਉਂਦੇ ਨੇ, ਅਸੀਂ ਉਹਨਾਂ ਦੁਕਾਨਾਂ ਦੇ ਗ੍ਰਾਹਕ ਬਣੀਏ, ਉਹਨਾਂ ਦੇ ਕਸਟਮਰ ਬਣੀਏ। ਸੋ ਭਾਈਚਾਰਕ ਸਾਂਝ ਬਣਾਉਣ ਲਈ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਹੈ। ਜੋ ਅੱਜ ਵਾਲੀ ਕਾਰਵਾਈ ਹੋਈ ਹੈ, ਮੈਨੂੰ ਕੱਲ੍ਹ ਰਾਤ ਇਹਦੀ ਇਨਫੋਰਮੇਸ਼ਨ ਆ ਗਈ ਸੀ ਅਤੇ ਮੈਂ ਪੂਰੀ ਰਾਤ ਨਹੀਂ ਸੁੱਤਾ। ਮੈਂ ਹਰ 15 ਮਿੰਟਾਂ ਬਾਅਦ, ਹਰ ਅੱਧੇ ਘੰਟੇ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਫੋਨ 'ਤੇ ਹਰ ਪਲ ਪਲ ਦੀ ਜਾਣਕਾਰੀ ਲੈਂਦਾ ਸੀ ਮੈਂ। ਉਹ ਮੈਂ ਇਹ ਵੀ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਹੋਵੇ। ਬਤੌਰ ਹੋਮ ਮਿਨਿਸਟਰ ਐਂਡ ਬਤੌਰ ਮੁੱਖ ਮੰਤਰੀ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ 18 ਮਾਰਚ ਨੂੰ ਜਦੋਂ ਐਕਸ਼ਨ ਹੋਇਆ ਸੀ, ਜੇ ਗ੍ਰਿਫਤਾਰ ਉਸੇ ਦਿਨ ਕਰਨਾ ਹੁੰਦਾ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ। ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਖੂਨ ਖਰਾਬਾ ਹੋਵੇ। ਜਿਸ ਦਿਨ ਅਜਨਾਲਾ ਥਾਣੇ ਦੇ ਅੱਗੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਿਹੜੀ ਉਹ ਲੈ ਕੇ ਗਏ, ਜਦੋਂ ਮੈਨੂੰ ਇਸ ਬਾਰੇ DGP ਪੁਲਿਸ ਨੇ ਜਾਣਕਾਰੀ ਦਿੱਤੀ ਤਾਂ ਮੈਂ ਉਹਨਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਕੁਛ ਵੀ ਹੋ ਜੇ, ਜਿਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸਵਾਰ ਨੇ, ਉਹਨਾਂ ਦੀ ਜਿਹੜੀ ਸਵਾਰੀ ਹੈ, ਉਹਦੇ 'ਤੇ ਪਾਣੀ ਦਾ ਕੋਈ ਛਿੱਟਾ ਵੀ ਨਹੀਂ ਪੈਣਾ ਚਾਹੀਦਾ, ਉਹਦੇ 'ਤੇ ਕੋਈ ਪੱਥਰ ਰੋੜਾ ਡਲਾ ਵੀ ਨਹੀਂ ਵੱਜਣਾ ਚਾਹੀਦਾ।
क्योंकि साढ़े लिए सब तो वध जो मर्यादा है गुरु साहब की वो साढ़े लिए सब तो अहम है। उस दिन साढ़े कुछ पुलिस नौजवान जोड़े ने पुलिस के जवान उन्होंने सट्टा भी वजिया टांके भी लगे सिर दे विच पर असी गुरु साहब की मर्यादा लई अपना आप वार नूं तैयार हाँ। तो पुलिस मुलाजमान असी शाबाशी भी दी कि तुसी उस दिन बड़ी मुश्तैदी वरती संजम दे नाल उस हालात का जिहड़ा टाकरा किया और काबू भी किया। सो पंजाब दे विच अमन शांति भाईचारक सांझ जिहड़ी है मैं पहले तो कहिंदा आ रहा कि यह बहुत ज़्यादा मजबूत है। पंजाब की धरती बहुत उपजाऊ है बहुत जरखेज है जिहड़ा भी बीज बीजोंगे इत्थे उग जांदा पर नफरत दे बीज इत्थे नहीं उगदे ते ना ही असीं उगण देणे ने। आज़ादी लैके आउण दे विच भी साडी 90% कुर्बानियां ने पंजाब दीआं ते आज़ादी नूं संभालण दे लई साडे जवान अज भी सरहदां ते हिक तान के राखी कर रहे ने। कुछ दिन पहला साढ़े चार जिहड़े फौजी जवान योधे साढ़े जिहड़े शहीद होए ने सरहदां दी राखी। सो पंजाब ने हमेशा देश नूं लीड कीता भावें उह आज़ादी का संघर्ष होवे भावें हरा इनकलाब होवे और पंजाब हमेशा लीड करता रहूगा। मैं चाहना कि जल्दी पंजाब जिहड़ा वो विकास के पक्षों पढ़ाई पक्षों इंफ्रास्ट्रक्चर पक्षों तरक्की पक्षों नंबर एक सूबा बन जाए। जदों पंजाब नंबर एक सूबा बन गया देश का तो साढ़े देश नू दुनिया का नंबर वन देश बनाने तो कोई नहीं रोक सकता। सो साडा फर्ज बनता सरकार वालों कि असी लोगों के जान माल की राखी करिए और असी ये फर्ज अपना निभा रहे हैं। बिल्कुल अज भी मैं सारे डीसी सारे SSP नाल गल की है पंजाब दे विच लोग आम की तरह अपने कामकारां ते गए ने ते कोई कितों भी कोई अनसुखामी घटना की ज किसी तनाव की कोई खबर नहीं। इस गल लई मैं तुहाडा धन्नवाद भी करदा ते शुक्रिया भी करदा ते नाल नाल ये यकीन भी दवाना कि पंजाब जिहड़ा है वो इस तरह जिहड़ा तरक्की करूगा जिस तरह पिछले एक साल तो असी भावें नौकरियां होन भावें बिजली दे पक्ष तो होवे भावें इंफ्रास्ट्रक्चर दे पक्ष तो होवे भावें खेती दे पक्ष तो होवे असी साडी सरकार दी यही कोशिश है कि पंजाब नूं असी पैरां सिर करिए ते पंजाब नूं नंबर वन सूबा बनाइए। मैं बहुत बहुत एक बार फिर तुहाडा धन्नवाद करदा बहुत बहुत मेहरबानी।